ਕਹਿੰਦਾ ਵੀ ਮੈਨੂੰ ਮੁੰਡਾ ਲੈ ਜੂਗਾ ਕਿ ਉਹ ਕੰਮ 'ਤੇ ਗਿਆ ਸੀਗਾ ਜੀ, ਅਤੇ ਉਹ ਉੱਥੇ ਗਿਆ ਜੀ, ਉਹਨੂੰ ਲੈ ਕੇ ਆ ਗਏ, ਅਤੇ ਉਹਨੂੰ ਛੱਡ ਕੇ ਜੀ, ਅਤੇ ਇਹ ਕਮਲਜੀਤ ਗੱਡੀ ਲੈ ਕੇ ਆਪਦੇ ਮਤਲਬ ਕਮਰੇ ਵੱਲ ਜਾਂਦੇ, ਅਤੇ ਰਾਹ 'ਚ ਹੋਟਲ 'ਤੇ ਕੌਫੀ ਪੀਤੀ। ਉਦੋਂ ਬਾਅਦ ਬਾਪੂ ਜੀ ਕੀ ਨਾਂ ਹੈ ਅਤੇ? ਮੇਰਾ ਨਾਂ ਅੰਗਰੇਜ ਸਿੰਘ ਹੈ ਜੀ। ਕੀ ਨਾਂ ਜੀ ਬੇਟੇ ਦਾ ਜੀ? ਜਿਹੜੀ ਕਮਲਜੀਤ ਸਿੰਘ ਕੀ ਘਟਨਾ ਹੋਈ ਹੈ ਜਿਹੜੀ ਉੱਥੇ? ਉੱਥੇ ਜੀ ਇੱਥੋਂ ਜਦੋਂ ਗਿਆ ਜੀ, ਅਤੇ ਮੈਨੂੰ ਤਾਂ 8:30 ਵਜੇ ਮੈਂ ਫੋਨ ਲਾਇਆ ਜੀ, ਉਹਨੂੰ ਪਹਿਲਾਂ ਵੀ ਲਾਉਂਦਾ ਰਿਹਾ ਜੀ ਫੋਨ, ਅਤੇ ਮੈਨੂੰ 8:30 ਵਜੇ ਉਹਨੇ ਆਖਿਆ ਵੀ ਡੈਡੀ ਮੈਂ ਪਹੁੰਚ ਗਿਆ ਉੱਥੇ, ਅਤੇ ਉਦੋਂ ਬਾਅਦ ਉਹ ਕਹਿੰਦਾ ਵੀ ਮੈਨੂੰ ਮੁੰਡਾ ਲੈ ਜੂਗਾ ਕਿ ਉਹ ਕੰਮ 'ਤੇ ਗਿਆ ਸੀਗਾ ਜੀ, ਅਤੇ ਉਹ ਉੱਥੇ ਗਿਆ ਜੀ, ਅਤੇ ਉਹਨੂੰ ਲੈ ਕੇ ਆ ਗਿਆ ਜੀ, ਅਤੇ ਉਹਨੂੰ ਛੱਡ ਕੇ ਜੀ, ਅਤੇ ਇਹ ਕਮਲਜੀਤ ਗੱਡੀ ਲੈ ਕੇ ਆਪਦੇ ਮਤਲਬ ਕਮਰੇ ਵੱਲ ਜਾਂਦਾ ਸੀ, ਅਤੇ ਰਾਹ 'ਚ ਹੋਟਲ 'ਤੇ ਕੌਫੀ ਪੀਤੀ। ਉਦੋਂ ਬਾਅਦ ਜੀ ਕਿੰਨਾ ਸਮਾਂ ਪਹਿਲਾਂ ਗਿਆ ਸੀ ਅਤੇ ਕੀ ਕੰਮ ਕਰਦਾ ਸੀ ਉੱਥੇ, ਅਤੇ ਤੁਹਾਡਾ ਪਰਿਵਾਰ ਕੀ ਕੰਮ? ਅਸੀਂ ਤਾਂ ਜੀ ਦੂਜਾ ਮੰਝਾਂ 'ਤੇ ਗੁਜ਼ਾਰਾ ਕਰੀ ਜਾਂਦੇ। ਹਾਂਜੀ, ਅਤੇ ਖੇਤੀ ਇੱਕ ਗੱਲ ਆਈ, ਉਹ ਠੇਕੇ ਠੁਕੇ ਦੇ ਦਿੰਦੇ ਪਾਣੀ ਘੱਟ ਹੋਣ ਕਰਕੇ। ਉੱਥੇ ਡਰਾਈਵਰੀ ਕਰਦਾ ਸੀ। ਕਿੰਨਾ ਸਮਾਂ ਹੋ ਗਿਆ ਸੀ ਕਮਲ ਨੂੰ ਉੱਥੇ ਕੈਨੇਡਾ ਗਏ ਹੋਏ ਤੇ? ਕਿਹੜੀ? 3 ਸਾਲ ਹੋ ਗਏ ਜੀ। ਮੌਂਟਰੀਅਲ ਗਿਆ ਸੀ। ਮੌਂਟਰੀਅਲ ਗਿਆ ਸੀ, ਸਟੱਡੀ ਬੇਸ ਤੇ ਗਿਆ ਸੀ? ਹਾਂਜੀ, ਸਟੱਡੀ ਬੇਸ ਤੇ ਗਿਆ ਸੀ। ਹੁਣ ਕਿੰਨਾ ਸਮਾਂ ਪਹਿਲਾਂ ਵਾਪਸ ਆਇਆ ਸੀ? ਹੁਣ 3 ਸਾਲਾਂ ਬਾਅਦ ਹੀ ਆਇਆ ਸੀਗਾ ਜੀ, 2 ਮਹੀਨੇ ਲੱਗ ਗਿਆ ਜੀ। 2 ਮਹੀਨੇ ਲੱਗ ਗਏ। ਤੁਹਾਨੂੰ ਇਸ ਦੀ ਖਬਰ ਕਦੋਂ ਪ੍ਰਾਪਤ ਹੋਈ ਹੈ ਵੀ ਉਸਦਾ ਨਾਲ ਆਹ ਘਟਨਾ ਵਾਪਰ ਗਈ? ਸਾਨੂੰ ਤਾਂ ਜੀ ਤੜਕੇ ਪਤਾ ਲੱਗਿਆ। ਕੀ ਮੰਗ ਕਰਦੇ ਹੋ ਤੁਸੀਂ? ਕੀ ਮੰਗ ਕਰਦੇ? ਅਸੀਂ ਤਾਂ ਜੀ ਇਹੋ ਗੱਲ ਆਉਣੀ ਹੈ ਵੀ ਜੇ ਤਾਂ ਉੱਥੋਂ ਦਾ ਬਣ ਗਿਆ ਤਾਂ ਅਸੀਂ ਉੱਥੋਂ ਦਾ ਬਣਾਵਾਂਗੇ, ਅਤੇ ਜਾਂ ਫਿਰ ਸਾਡੀ ਨੈੱਟ ਬੋਡੀ ਇੱਥੇ ਆਵੇ ਤਾਂ ਜੀ। ਵੀ ਮੈਨੂੰ ਮੁੰਡਾ ਲੈ ਜੂਗਾ ਕਿ ਉਹ ਕੰਮ 'ਤੇ ਗਿਆ ਸੀਗਾ ਜੀ, ਅਤੇ ਉਹ ਉੱਥੇ ਗਿਆ ਜੀ, ਉਹਨੂੰ ਲੈ ਕੇ ਆ ਗਏ, ਅਤੇ ਉਹਨੂੰ ਛੱਡ ਕੇ ਜੀ, ਅਤੇ ਇਹ ਕਮਲਜੀਤ ਗੱਡੀ ਲੈ ਕੇ ਆਪਦੇ ਮਤਲਬ ਕਮਰੇ ਵੱਲ ਜਾਂਦੇ, ਅਤੇ ਰਾਹ 'ਚ ਹੋਟਲ 'ਤੇ ਕੌਫੀ ਪੀਤੀ। ਉਦੋਂ ਬਾਅਦ ਬਾਪੂ ਜੀ ਕੀ ਨਾਂ ਹੈ ਅਤੇ? ਮੇਰਾ ਨਾਂ ਅੰਗਰੇਜ ਸਿੰਘ ਹੈ ਜੀ। ਕੀ ਨਾਂ ਜੀ ਬੇਟੇ ਦਾ ਜੀ? ਜਿਹੜੀ ਕਮਲਜੀਤ ਸਿੰਘ ਕੀ ਘਟਨਾ ਹੋਈ ਹੈ ਜਿਹੜੀ ਉੱਥੇ? ਉੱਥੇ ਜੀ ਇੱਥੋਂ ਜਦੋਂ ਗਿਆ ਜੀ, ਅਤੇ ਮੈਨੂੰ ਤਾਂ 8:30 ਵਜੇ ਮੈਂ ਫੋਨ ਲਾਇਆ ਜੀ, ਉਹਨੂੰ ਪਹਿਲਾਂ ਵੀ ਲਾਉਂਦਾ ਰਿਹਾ ਜੀ ਫੋਨ, ਅਤੇ ਮੈਨੂੰ 8:30 ਵਜੇ ਉਹਨੇ ਆਖਿਆ ਵੀ ਡੈਡੀ ਮੈਂ ਪਹੁੰਚ ਗਿਆ ਉੱਥੇ, ਅਤੇ ਉਦੋਂ ਬਾਅਦ ਉਹ ਕਹਿੰਦਾ ਵੀ ਮੈਨੂੰ ਮੁੰਡਾ ਲੈ ਜੂਗਾ ਕਿ ਉਹ ਕੰਮ 'ਤੇ ਗਿਆ ਸੀਗਾ ਜੀ, ਅਤੇ ਉਹ ਉੱਥੇ ਗਿਆ ਜੀ, ਅਤੇ ਉਹਨੂੰ ਲੈ ਕੇ ਆ ਗਿਆ ਜੀ, ਅਤੇ ਉਹਨੂੰ ਛੱਡ ਕੇ ਜੀ, ਅਤੇ ਇਹ ਕਮਲਜੀਤ ਗੱਡੀ ਲੈ ਕੇ ਆਪਦੇ ਮਤਲਬ ਕਮਰੇ ਵੱਲ ਜਾਂਦਾ ਸੀ, ਅਤੇ ਰਾਹ 'ਚ ਹੋਟਲ 'ਤੇ ਕੌਫੀ ਪੀਤੀ। ਉਦੋਂ ਬਾਅਦ ਕਿੰਨਾ ਸਮਾਂ ਪਹਿਲਾਂ ਗਿਆ ਸੀ ਅਤੇ ਕੀ ਕੰਮ ਕਰਦਾ ਸੀ ਉੱਥੇ, ਅਤੇ ਤੁਹਾਡਾ ਪਰਿਵਾਰ ਕੀ ਕੰਮ? ਅਸੀਂ ਤਾਂ ਜੀ ਦੂਜਾ ਮੰਝਾਂ 'ਤੇ ਗੁਜ਼ਾਰਾ ਕਰੀ ਜਾਂਦੇ। ਹਾਂਜੀ, ਅਤੇ ਖੇਤੀ ਇੱਕ ਗੱਲ ਆਈ, ਉਹ ਠੇਕੇ ਠੁਕੇ ਦੇ ਦਿੰਦੇ ਪਾਣੀ ਘੱਟ ਹੋਣ ਕਰਕੇ। ਉੱਥੇ ਡਰਾਈਵਰੀ ਕਰਦਾ ਸੀ। ਕਿੰਨਾ ਸਮਾਂ ਹੋ ਗਿਆ ਸੀ ਕਮਲ ਨੂੰ ਉੱਥੇ ਕੈਨੇਡਾ ਗਏ ਹੋਏ ਤੇ? ਕਿਹੜੀ? 3 ਸਾਲ ਹੋ ਗਏ ਜੀ। ਮੌਂਟਰੀਅਲ ਗਿਆ ਸੀ। ਮੌਂਟਰੀਅਲ ਗਿਆ ਸੀ, ਸਟੱਡੀ ਬੇਸ ਤੇ ਗਿਆ ਸੀ? ਹਾਂਜੀ, ਸਟੱਡੀ ਬੇਸ ਤੇ ਗਿਆ ਸੀ। ਹੁਣ ਕਿੰਨਾ ਸਮਾਂ ਪਹਿਲਾਂ ਵਾਪਸ ਆਇਆ ਸੀ? ਹੁਣ 3 ਸਾਲਾਂ ਬਾਅਦ ਹੀ ਆਇਆ ਸੀਗਾ ਜੀ, 2 ਮਹੀਨੇ ਲੱਗ ਗਿਆ ਜੀ। 2 ਮਹੀਨੇ ਲੱਗ ਗਏ। ਤੁਹਾਨੂੰ ਇਸ ਦੀ ਖਬਰ ਕਦੋਂ ਪ੍ਰਾਪਤ ਹੋਈ ਹੈ ਵੀ ਉਸਦਾ ਨਾਲ ਆਹ ਘਟਨਾ ਵਾਪਰ ਗਈ? ਸਾਨੂੰ ਤਾਂ ਜੀ ਤੜਕੇ ਪਤਾ ਲੱਗ ਗਿਆ। ਕੀ ਮੰਗ ਕਰਦੇ ਹੋ ਤੁਸੀਂ? ਕੀ ਮੰਗ ਕਰਦੇ? ਅਸੀਂ ਤਾਂ ਜੀ ਇਹੋ ਗੱਲ ਆਉਣੀ ਹੈ ਵੀ
ਜੇ ਤਾਂ ਉੱਥੋਂ ਦਾ ਬਣ ਗਿਆ ਤਾਂ ਅਸੀਂ ਉੱਥੋਂ ਦਾ ਬਣਾਵਾਂਗੇ, ਅਤੇ ਜਾਂ ਫਿਰ ਸਾਡੀ ਡੈੱਡ ਬੋਡੀ ਇੱਥੇ ਆਵੇ ਅਤੇ